ਇਹ ਦਿੱਲੀ ਨਾਲ ਸ਼ੁਰੂ ਤੋਂ ਹੀ ਇਹ ਪੰਜਾਬ ਨਾਲ ਬੈਰੀ ਰਹੀ ਆ। ਇਹਨਾਂ ਨੇ ਇਹ ਦਿੱਲੀ ਬਾਬਾ ਬਘੇਲ ਸਿੰਘ ਉਹਨੇ ਜਿੱਤੀ ਸੀਗੀ ਨਾ ਜਦੋਂ, ਇਹ ਸ਼ੁਰੂ ਤੋਂ ਹੀ ਇਹ ਛੱਡੀ ਵੀ ਅਸੀਂ ਉਹ ਆ। ਇਹਨਾਂ ਨੂੰ ਇਹ ਵਹਿਮ ਹੈ ਵੀ ਇਹ ਤਖਤਾਂ 'ਤੇ ਬਹਿ ਕੇ ਇਹ ਪੰਜਾਬ ਨੂੰ ਦਬਾ ਲੈਣਗੇ। ਇਹ ਸਿੰਘ ਸੂਰਮੇ ਨੇ, ਇਹ ਦਮਨਿਆਣਾ 'ਚੋਂ ਨਹੀਂ ਹੈਗੇ, ਇਹ ਵੱਡੇ ਵੱਡੇ ਬੈਰੀਗੇਡ ਪੱਟਣ ਵਾਲੇ ਨੇ। ਇਹ ਸਮਰਥਨ ਹੈ, ਅਸੀਂ ਜੀ ਸਦ ਕੇ ਆਪਣੇ ਕਿਸਾਨ ਵੀਰਾਂ ਨਾਲ ਖੜ੍ਹੇ ਹਾਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੀਜ਼ਾ ਤੁਸੀਂ ਖਾ ਰਹੇ ਹੋ ਦਿੱਲੀ 'ਚ ਬਹਿ ਕੇ, ਇਹ ਸਾਡਾ ਹੀ ਬਣਿਆ ਹੋਇਆ ਜਾਂਦਾ। ਕਿਸੇ ਸ਼ਾਇਰ ਨੇ ਬਹੁਤ ਅੱਛੀ ਗੱਲ ਕਹੀ ਹੈ, ਕਹਿੰਦੇ ਜਿੱਤ ਦੇ ਨਿਸ਼ਾਨ ਹਮੇਸ਼ਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਦੂਸਰਾ ਵਾਰ ਖੰਡੇ ਨਾਲ। ਬਿਲਕੁਲ ਜੀ, ਇਹ ਜੋ ਸ਼ਾਇਰ ਨੇ ਕਿਹਾ, ਅਸੀਂ ਜਾ ਰਹੇ ਸੀਗੇ ਅੰਦੋਲਨ ਵਿੱਚ ਸ਼ੰਭੂ ਬਾਰਡਰ 'ਤੇ, ਸਾਨੂੰ ਰਸਤੇ 'ਚ ਨਾ ਝੰਡੇ ਦਿਖੇ, ਝੰਡਿਆਂ ਵੀ ਸਭ ਤੋਂ ਜ਼ਿਆਦਾ ਅਲੱਗ ਅਲੱਗ ਤਰ੍ਹਾਂ ਦੇ ਝੰਡੇ ਸੀ ਅਤੇ ਕਿਸਾਨੀ ਝੰਡੇ ਵੀ ਦਿਸੇ। ਅਤੇ ਇੱਥੇ ਦੇਖ ਰਹੇ ਹਾਂ ਅਸੀਂ ਨੌਜਵਾਨ ਜੋ ਬਾਰਡਰ ਵੱਲ ਜਾ ਰਹੇ ਨੇ, ਜਿੱਥੇ ਕਿਸਾਨ ਅੰਦੋਲਨ ਹੈ, ਕਾਰਾਂ ਵਿੱਚ ਝੰਡੇ ਲੈ ਕੇ ਲਾ ਰਹੇ ਨੇ, ਪੁੱਛਣ ਦੀ ਕੋਸ਼ਿਸ਼ ਕਰਦੇ ਆ ਕੀ ਸੋਚ ਹੈ। ਪਹਿਲੇ ਤਸਵੀਰ ਦੇਖੋ, ਕਿਤੇ ਨਾ ਕਿਤੇ ਹਰ ਪੰਜਾਬੀ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਹੈ, ਕੋਈ ਸਮਰਥਨ ਦੇ ਰਿਹਾ ਉਹਨਾਂ ਨਾਲ ਮੋਢੇ ਤੋਂ ਮੋਢਾ ਮਿਲਾ ਕੇ, ਕੋਈ ਸਮਰਥਨ ਦੇ ਰਿਹਾ ਕਿਸਾਨੀ ਝੰਡਾ ਲਾ ਕੇ, ਕੋਈ ਸਮਰਥਨ ਦੇ ਰਿਹਾ ਹੈ ਉਹਨਾਂ ਨੂੰ ਉਹਨਾਂ ਦੇ ਦਿਮਾਗ ਦੇ ਨਾਲ। ਬਿਲਕੁਲ ਜੀ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਲੋਕ ਆਏ ਨੇ, ਕਿੱਥੋਂ ਆਏ ਹੋ ਭਾਅ ਜੀ? ਕੀ ਨਾਮ? ਮੇਰਾ ਨਾਮ ਜੀ ਅਰੁਣਪ੍ਰੀਤ ਸਿੰਘ ਹੈ ਜੀ। ਕਿੱਥੋਂ ਆਏ ਹੋ ਜੀ? ਕਿੱਥੋਂ? ਪਿੰਡ ਭੜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। ਫਤਿਹਗੜ੍ਹ ਸਾਹਿਬ ਆ ਭਾਅ ਜੀ, ਕਿਸਾਨ ਅੰਦੋਲਨ ਹੈ ਕਿਸ ਤਰ੍ਹਾਂ ਦੇ? ਇਹ ਜਿੱਥੇ ਤੱਕ ਕੀਤੀ ਗੱਲ ਕੀਤੀ ਜਾਵੇ ਜੀ, ਇਹ ਦਿੱਲੀ ਨਾਲ ਸ਼ੁਰੂ ਤੋਂ ਹੀ ਇਹ ਪੰਜਾਬ ਨਾਲ ਬੈਰੀ ਰਹੀ ਆ। ਇਹਨਾਂ ਨੇ ਇਹ ਦਿੱਲੀ ਬਾਬਾ ਬਘੇਲ ਸਿੰਘ ਉਹਨੇ ਜਿੱਤੀ ਸੀਗੀ ਨਾ ਜਦੋਂ, ਇਹ ਸ਼ੁਰੂ ਤੋਂ ਹੀ ਇਹ ਛੱਡੀ ਵੀ ਅਸੀਂ ਉਹ ਆ। ਇਹਨਾਂ ਨੂੰ ਇਹ ਵਹਿਮ ਹੈ ਵੀ ਇਹ ਤਖਤਾਂ 'ਤੇ ਬਹਿ ਕੇ ਇਹ ਪੰਜਾਬ ਨੂੰ ਦਬਾ ਲੈਣਗੇ। ਇਹ ਸਿੰਘ ਸੂਰਮੇ ਨੇ, ਇਹ ਦਮਨਿਆਣਾ 'ਚੋਂ ਨਹੀਂ ਹੈਗੇ, ਇਹ ਵੱਡੇ ਵੱਡੇ ਬੈਰੀਗੇਡ ਪੱਟਣ ਵਾਲੇ ਨੇ, ਅਸੀਂ ਨਹੀਂ ਦੱਬਦੇ। ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੋਂ ਝੰਡਾ ਲਿਆ, ਝੰਡਾ ਤੁਸੀਂ ਗੱਡੀ 'ਚ ਲਾ ਰਹੇ ਹੋ, ਇਹ ਝੰਡਾ ਲਾ ਕੇ ਸਮਰਥਨ ਹੈ ਇੱਕ ਜਿਹੜਾ ਆਮ ਲੋਕਾਂ ਨੂੰ ਪਤਾ ਕਿ ਅਸੀਂ ਵੀ ਕਿਸਾਨਾਂ ਨਾਲ ਆ? ਇਹ ਸਮਰਥਨ ਹੈ, ਅਸੀਂ ਜੀ ਸਦ ਕੇ ਆਪਣੇ ਕਿਸਾਨ ਵੀਰਾਂ ਨਾਲ ਖੜ੍ਹੇ ਹਾਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੀਜ਼ਾ ਤੁਸੀਂ ਖਾ ਰਹੇ ਹੋ ਦਿੱਲੀ 'ਚ ਬਹਿ ਕੇ, ਇਹ ਸਾਡਾ ਹੀ ਬਣਿਆ ਹੋਇਆ ਜਾਂਦਾ। ਜਿਹੜਾ ਮੈਦਾ ਬਣਦਾ ਨਾ, ਆਟਾ ਬਣਦਾ, ਇਹ ਸਾਡੇ ਹੀ ਕਿਸਾਨਾਂ ਦਾ ਹੀ ਬਣ ਕੇ ਜਾਂਦਾ। ਅੱਛਾ, ਲੋਕ ਬਹੁਤ ਆਰੋਪ ਲਗਾਉਂਦੇ ਨੇ ਕਿ ਪੰਜਾਬ ਦਾ ਨੌਜਵਾਨ ਗੈਂਗਵਾਰ ਜਵਾਰ ਜਾ ਰਿਹਾ ਹੈ, ਨਸ਼ੇ ਵੱਲ ਜਾ ਰਿਹਾ ਹੈ, ਪਰ ਇਹ ਤਸਵੀਰਾਂ ਦੇਖ ਕੇ ਲੱਗ ਰਿਹਾ ਕਿ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਅੱਜ ਕਿਸਾਨਾਂ ਨਾਲ ਮੋਢੇ ਤੋਂ ਮੋਢਾ ਲਾ ਕੇ ਖੜ੍ਹਾ ਹੈ। ਇਹ ਖੜ੍ਹੇ ਆ ਮੇਰੇ, ਇੱਕ ਤਰ੍ਹਾਂ ਦੇ ਦੇਖ ਰਹੇ ਨੇ ਵੀ ਇਹ ਨਸ਼ੇ, ਇਹ ਕਹਿੰਦੇ ਨੇ ਇੱਕ ਤਾਂ ਖਾੜਕੂ ਕਹਿੰਦੇ ਨੇ ਸਿੰਘਾਂ ਨੂੰ, ਠੀਕ ਆ, ਇਹ ਸਾਰੇ ਸਿੰਘ ਨੇ। ਇਹ ਵੀਰ ਨੂੰ ਤੁਸੀਂ ਉਈ ਨਾ ਕਿਹਾ ਵੀ ਕਿਤੇ ਕਟਿੰਗ ਬੈਠਾ, ਇਹ ਸਾਰੇ ਸਾਡੇ ਵੀਰ ਨੇ। ਇਹਨਾਂ ਨੂੰ ਨਸ਼ਿਆਂ ਦਾ ਆਰੋਪ ਲਾ ਕੇ ਨੇ ਇਹਨਾਂ 'ਤੇ, ਇਹਨਾਂ ਨੂੰ ਇੱਕ ਜਾਣ ਕੇ ਇਹਨਾਂ ਨੂੰ ਉਹ ਕਰੇ ਜਿਹੜਾ ਮੋਟਿਵ ਕੀਤਾ ਜਾ ਰਿਹਾ ਵੀ ਇਹ ਉੱਠ ਨਹੀਂ ਸਕਦੇ ਹੈਗੇ। ਕੀ ਮੰਨਦੇ ਹੋ, ਕੇਂਦਰ ਹਮੇਸ਼ਾ ਪੰਜਾਬ ਨਾਲ ਵਿਤਕਰਾ ਕਰਦੀ ਕਿਸਾਨਾਂ ਨਾਲ ਕਿ ਨਹੀਂ? ਕਰਦੀ ਆ, ਇਹ ਬੰਦੀ ਸਿੰਘ ਰਿਹਾ ਕਰੇ ਹੋਏ ਨੇ, ਬੰਦੀ ਸਿੰਘ ਦਾ ਚੰਡੀਗੜ੍ਹ ਮੋਰਚਾ ਲੱਗਿਆ ਹੋਇਆ, ਇਹ ਪੰਜਾਬ ਤੋਂ ਦੱਸਦਾ ਰਿਹਾ ਵੀ ਦਿੱਲੀ ਸ਼ੁਰੂ ਤੋਂ ਹੀ ਸਿੰਘਾਂ ਨਾਲ ਵੈਰ ਕਰਦੀ ਹੈ। ਐਤਕੀ ਅਸੀਂ ਫਤਿਹ ਹੋਵਾਂਗੇ ਕਿ ਨਹੀਂ ਹੋਵਾਂਗੇ? ਦਿੱਲੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨਾਲ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਬਘੇਲ ਸਿੰਘ ਨੇ ਦਿੱਲੀ ਜਿੱਤੀ ਆ, ਉਹ ਸਿੰਘ ਸੂਰਮੇ ਸਾਡੇ ਨਾਲ ਨੇ। ਤੁਹਾਨੂੰ ਲੱਗਦਾ ਕਿ ਕਿਸਾਨ ਵੀ ਫਤਿਹ ਕਰਨਗੇ? ਹਨੇਰੀਆਂ ਲਿਆ ਦਾਂਗੇ ਪੰਜਾਬ, ਚੀਕਾਂ ਕਢਾ ਦੇਵਾਂਗੇ, ਮੋਦੀ ਦੀਆਂ ਚੀਕਾਂ ਕਢਾ ਦੇਵਾਂਗੇ, ਹੋਰ ਜੇ ਹੈਗੇ ਨਿਕਲਣਾ ਨਿਕਲਣਾ ਮੋਦੀ ਦੀਆਂ ਚੀਕਾਂ ਜ਼ਰੂਰ ਕਢਾਵਾਂਗੇ। ਬਿਲਕੁਲ ਜੀ, ਇਸ ਜੋਸ਼ ਹੈ ਕਿਤੇ ਨਾ ਕਿਸੇ ਕਿਸਾਨੀ ਅੰਦੋਲਨ ਦੇ ਨਾਲ ਇਹ ਖੜ੍ਹੇ ਨੇ, ਕਹਿ ਰਹੇ ਨੇ ਕਿ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ, ਕਿਉਂਕਿ ਕਿਸੇ ਦਾ ਹੱਕ ਦੱਬਣਾ ਜਾਂ ਦਬਾਉਣਾ ਅਸੀਂ ਕਦੇ ਬਰਦਾਸ਼ਤ ਨਹੀਂ ਕੀਤਾ। ਇਤਿਹਾਸ ਰਿਹਾ ਹੈ ਸਿੱਖ ਕੌਮ ਦਾ, ਸਿੱਖ ਕੌਮ ਨੇ ਅਗਰ ਲੜਾਈ ਕੀਤੀ ਹੈ, ਹਮੇਸ਼ਾ ਹੱਕ ਦੀ ਲੜਾਈ ਕੀਤੀ ਹੈ ਅਤੇ ਦੂਸਰੇ ਲਈ ਲੜਾਈ ਕੀਤੀ ਹੈ।
ਗੁਰੂ ਗੋਬਿੰਦ ਸਿੰਘ, ਤੁਸੀਂ ਕਿਸੇ ਵੀ ਗੁਰੂ ਦਾ ਨਾਂ ਲੈ ਲਓ, ਉਹ ਅਗਰ ਲੜੇ ਨੇ ਤੇ ਆਪਣੇ ਹੱਕ ਹਕੂਕ ਦੀ ਲੜਾਈ ਲਈ ਲੜੇ ਨੇ। ਉਹੀ ਹੁਣ ਦਿੱਲੀ ਨੂੰ ਇੱਕ ਵਾਰ ਇਹਨਾਂ ਨੇ ਦੱਸਣਾ ਹੈ ਕਿ ਅਸੀਂ ਪੰਜਾਬ ਹਾਂ, ਜੇ ਅਗਰ ਅਸੀਂ ਦਾਨੀ ਵੀ ਹਾਂ ਤੇ ਅਸੀਂ ਜਦੋਂ ਲੈਣਾ ਜਾਣਦੇ ਹਾਂ ਤੇ ਉਦੋਂ ਅਸੀਂ ਲੈ ਕੇ ਵੀ ਰਵਾਂਗੇ। ਬਿਲਕੁਲ ਜੀ, ਇਹ ਇੱਕ ਤਸਵੀਰਾਂ ਸੀ, ਅਸੀਂ ਸੋਚਿਆ ਤੁਹਾਡੇ ਨਾਲ ਸਾਂਝੀ ਕਰੀਏ, ਆਪਣੀ ਵਿਚਾਰਧਾਰਾ ਜ਼ਰੂਰ ਸਾਂਝੀ ਕਰਿਓ। ਲੁਧਿਆਣਾ ਤੋਂ ਮੈਂ ਅਰਵਿੰਦਰ ਸਰਾਣਾ, ਲੁਧਿਆਣਾ ਲਾਈਵ ਲਈ।